ਭਾਈ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਇੱਕ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ। ਭਾਈ ਅੰਮ੍ਰਿਤਪਾਲ ਸਿੰਘ ਵੱਲੋਂ ਪੰਜਾਬ ਸਰਕਾਰ ਨੂੰ ਚਿੱਠੀ ਲਿਖੀ ਗਈ ਹੈ। ਕੀ ਲਿਖਿਆ ਹੈ ਇਸ ਚਿੱਠੀ ਵਿੱਚ, ਆਓ ਜਾਣਦੇ ਹਾਂ। ਦੱਸ ਦਈਏ ਕਿ ਭਾਈ ਅੰਮ੍ਰਿਤਪਾਲ ਸਿੰਘ ਜੋ ਕਿ ਅਸਾਮ ਦੀ ਦਿਬਰੂਗੜ੍ਹ ਜੇਲ੍ਹ ਵਿੱਚ ਆਪਣੇ ਨਾਲ ਦੇ ਸਿੰਘਾਂ ਸਮੇਤ ਨਜ਼ਰਬੰਦ ਹਨ, ਜੋ ਕਿ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਵੀ ਚੁਣੇ ਗਏ ਹਨ, ਜਿਸ ਦੇ ਚੱਲਦਿਆਂ ਹੁਣ ਸਹੁੰ ਚੁੱਕ ਸਮਾਗਮ ਹੋਣਾ ਹੈ ਅਤੇ ਇਸ ਲਈ ਭਾਈ ਅੰਮ੍ਰਿਤਪਾਲ ਸਿੰਘ ਨੇ ਆਰਜ਼ੀ ਰਿਹਾਈ ਜਾਂ ਪੁਲਿਸ ਕਸਟਡੀ 'ਚੋਂ ਹੀ ਲੋਕ ਸਭਾ ਮੈਂਬਰ ਵਜੋਂ ਸਹੁੰ ਚੁੱਕਣ ਦੀ ਮੰਗ ਕੀਤੀ ਹੈ। ਦੱਸ ਦਈਏ ਕਿ ਖਡੂਰ ਸਾਹਿਬ ਦੇ MP ਵਜੋਂ ਸਹੁੰ ਚੁੱਕਣ ਲਈ ਲਿਖੀ ਗਈ ਚਿੱਠੀ DC ਅੰਮ੍ਰਿਤਸਰ ਦੇ ਜ਼ਰੀਏ ਹੋਮ ਸੈਕਟਰੀ ਪੰਜਾਬ ਨੂੰ ਭੇਜੀ ਜਾਵੇਗੀ, ਜਿਸ ਦੇ ਤਹਿਤ ਭਾਈ ਅੰਮ੍ਰਿਤਪਾਲ ਸਿੰਘ ਨੇ ਕਿਹਾ ਹੈ ਕਿ ਉਹਨਾਂ ਦੀ ਆਰਜ਼ੀ ਰਿਹਾਈ, ਮਤਲਬ ਕਿ ਜ਼ਮਾਨਤ ਦੇ ਤੌਰ 'ਤੇ ਕਹਿ ਸਕਦੇ ਹਾਂ ਕਿ ਦਿਬਰੂਗੜ੍ਹ ਅਸਾਮ ਦੀ ਜੇਲ੍ਹ ਵਿੱਚੋਂ ਹੀ ਉਹਨਾਂ ਨੂੰ ਰਿਹਾਅ ਕੀਤਾ ਜਾਵੇ। ਦੱਸ ਦਈਏ ਕਿ ਭਾਈ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਕਿਤੇ ਨਾ ਕਿਤੇ ਪ੍ਰਸ਼ਾਸਨ ਅਤੇ ਸਰਕਾਰ ਦੇ ਗਲੇ ਦੀ ਹੱਡੀ ਬਣ ਗਈ ਹੈ, ਕਿਉਂਕਿ ਲਗਾਤਾਰ ਜਿੱਥੇ ਕਾਨੂੰਨ ਮਾਹਿਰ ਕਹਿ ਰਹੇ ਹਨ ਕਿ ਹੁਣ ਰਿਹਾਈ ਹੋਣੀ ਚਾਹੀਦੀ ਹੈ, ਉੱਥੇ ਹੀ ਸਰਕਾਰ ਦਾ ਹਾਲੇ ਤੱਕ ਕੋਈ ਪੱਖ ਸਾਹਮਣੇ ਨਹੀਂ ਆਇਆ ਹੈ ਅਤੇ ਉੱਥੇ ਹੀ ਇਸ ਸਮੇਂ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜੋ ਕਿ ਭਾਈ ਅੰਮ੍ਰਿਤਪਾਲ ਦੀ ਕੁਝ ਸਮਾਂ ਪਹਿਲਾਂ ਦੀ ਹੈ, ਭਾਵ ਕਿ ਗ੍ਰਿਫਤਾਰੀ ਤੋਂ ਪਹਿਲਾਂ ਦੀ ਹੈ। ਅਜਿਹਾ ਕੀ ਹੈ ਇਸ ਵੀਡੀਓ ਵਿੱਚ, ਆਓ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਇਹ ਵੀਡੀਓ ਕਿਉਂ ਇੰਨੀ ਜ਼ਿਆਦਾ ਸ਼ੇਅਰ ਕੀਤੀ ਜਾ ਰਹੀ ਹੈ। ਨਾਲ ਸਮਝੌਤੇ ਕਰਕੇ ਅਤੇ ਜਦੋਂ ਆਪਣੀ ਕੁਰਸੀ ਬਚਾਉਣੀ ਸੀ, ਇਹਨਾਂ ਨੂੰ ਇਹ ਗੱਲਾਂ ਚੰਗੀਆਂ ਨਹੀਂ ਲੱਗਦੀਆਂ। ਜਿਹੜੇ ਮਿਹਣੇ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਦੇ ਮੌਕੇ ਸਾਡੀ ਕੌਮ ਨੂੰ ਵੱਜਦੇ ਸੀ ਵੀ ਸਿੱਖ ਘਸਿਆਰੇ ਹੋ ਗਏ ਆ, ਸਿੱਖਾਂ ਦਾ ਇਤਿਹਾਸ ਝੂਠਾ ਹੈ, ਅੱਜ ਸਾਨੂੰ ਉਹ ਮਿਹਣੇ ਵੱਜ ਰਹੇ ਆ ਦੁਬਾਰਾ। ਇੱਥੇ ਕੋਈ ਦੁਖੀ ਦਾ ਪਾਸਟਰ ਉੱਠਦਾ ਹੈ, ਉਹ ਗੁਰੂ ਨੂੰ ਸ਼ੈਤਾਨ ਕਹਿ ਜਾਂਦਾ, ਕੋਈ ਬੋਲਦਾ ਨਹੀਂ। ਜੇ ਅਸੀਂ ਜਵਾਬ ਦਿੱਤਾ ਹੈ ਤੇ ਜਥੇਦਾਰਾਂ ਨੇ ਅੱਗਿਓਂ ਸਾਡੇ ਹੱਕ ਦੀ ਗੱਲ ਕਰਨ ਦੀ ਬਜਾਏ ਸਾਡੇ ਵਿਰੋਧ 'ਚ ਬਿਆਨ ਦੇ ਦਿੱਤੇ ਤੇ ਉਹਨਾਂ ਨੂੰ ਜਿਹੜਾ ਉਹਨਾਂ ਦਾ ਬਚਾਅ ਕੀਤਾ ਵੀ ਸਾਨੂੰ ਆਹ ਨਹੀਂ ਬੋਲਣਾ ਚਾਹੀਦਾ। 20 ਸਾਲ ਹੋ ਗਏ ਸਾਨੂੰ ਸੁਣਦਿਆਂ ਨੂੰ, ਕੋਈ ਨਹੀਂ ਉੱਠਿਆ ਤੇ ਜਦੋਂ ਹੁਣ ਕਿਸੇ ਨੇ ਗੱਲ ਕੀਤੀ ਹੈ ਤੇ ਆਪਣੀ ਕੌਮ ਦੇ ਬਹੁਤੇ ਬੰਦਿਆਂ ਦਾ ਹਾਲ ਇਹ ਹੈ ਵੀ ਉਹਨਾਂ ਆਪਣੇ ਬੰਦੇ ਦਾ ਵਿਰੋਧ ਕਰਨਾ। ਸਾਡੇ ਇੱਕ ਕਹਾਵਤ ਹੈ ਵੀ ਜਦੋਂ ਲੜਾਈ ਲੱਗ ਜਾਵੇ, ਜਦੋਂ ਦੋ ਕੌਮਾਂ ਭਿੜ ਪੈਣ ਜਾਂ ਦੋ ਧਿਰਾਂ ਦੀ ਲੜਾਈ ਭਿੜ ਜਾਵੇ ਤੇ ਆਪਣੇ ਬੰਦੇ ਨੂੰ ਜੱਫਾ ਪਾਉਣ ਵਾਲਾ ਬੰਦਾ ਸਭ ਤੋਂ ਵੱਡਾ ਗੁਨਾਹਗਾਰ ਹੁੰਦਾ ਹੈ। ਉਸ ਮੌਕੇ ਤੇ ਆਪਣੇ ਬੰਦੇ ਦੀ ਗਲਤੀ ਕੀ ਹੈ, ਗੁਨਾਹ ਕੀ ਹੈ, ਇਹ ਨਹੀਂ ਵੇਖੀਦਾ। ਇਹ ਦੋਵਾਂ ਕੌਮਾਂ ਦਾ ਭੇੜ ਹੈ, ਇਹਦੇ 'ਚ ਤੁਸੀਂ ਦੂਜੀ ਧਿਰ ਰਲ ਜਾ ਕੇ ਖੜੋਗੇ ਤੇ ਇਹ ਕਿੱਡਾ ਵੱਡੇ ਗੁਨਾਹ ਵਾਲੀ ਗੱਲ ਹੈ। ਪਰ ਸਾਡੇ ਇਹ ਗੁਨਾਹ ਇੱਕ ਬੰਦੇ ਨੇ ਨਹੀਂ ਕੀਤਾ, ਅਸੀਂ ਤਾਂ ਚਲੋ ਤਮਾਸ਼ਾ ਹੀ ਵੇਖ ਰਹੇ ਹਾਂ ਅਜੇ ਤੱਕ ਵੀ ਕੋਈ, ਅਸੀਂ ਤਾਂ ਇਸ ਇੰਤਜ਼ਾਰ 'ਚ ਹਾਂ ਵੀ ਹੋਰ ਰਹਿ ਨਾ ਜਾਵੇ ਜਿਹਨੇ ਸਾਡਾ ਵਿਰੋਧ ਕਰਨਾ ਅਜੇ। ਬਾਕੀ ਉਹਨਾਂ ਨੂੰ ਵੀ ਖੁੱਲ੍ਹਾ ਮੌਕਾ ਵੀ ਤੁਸੀਂ ਵੀ ਰਾਂਝਾ ਰਾਜੀ ਕਰ ਲਓ ਜਿਹੜਾ ਕਰਨਾ ਹੈ। ਪਰ ਇਹ ਗੱਲ ਪਹਿਲੇ ਦਿਨ ਜਦੋਂ ਚੰਗੇ ਭਲੇ ਬੰਦੇ ਘਬਰਾ ਗਏ ਵੀ ਇਹ ਕਿਹੜੀ ਗੱਲ ਕਰ ਦਿੱਤੀ, ਇਹਦੀ ਸਟੇਟ ਸਵੇਰੇ ਤੁਹਾਨੂੰ ਨੱਪ ਲਊਗੀ, ਸਟੇਟ ਐਂ ਕਰ ਦੂਗੀ, ਇਉਂ ਕਰ ਦੂਗੀ, ਜਿਹੜਾ ਹਕੂਮਤ ਨੇ ਡਰ ਪੈਦਾ ਕੀਤਾ ਸਾਡੇ ਮਨਾਂ ਦੇ ਵਿੱਚ, ਇੰਨਾ ਭੈ ਹੈ ਹਕੂਮਤ ਦਾ ਵੀ ਗੁਰੂ ਦੇ ਅੰਮ੍ਰਿਤ ਦੀ ਵਿਆਖਿਆ ਕਰਨੀ ਗੁਨਾਹ ਬਣ ਗਈ, ਇੰਨਾ ਭੈ ਹੈ। ਤੇ ਉਹ ਮੈਨੂੰ ਅਗਲੇ ਦਿਨ ਮੇਰੇ ਤੇ ਸਵਾਲ ਖੜਾ ਹੋ ਗਿਆ ਵੀ ਮੈਨੂੰ ਕਹਿੰਦੇ ਵੀ ਤੁਸੀਂ ਹੁਣ ਇਹ ਕਹਿ ਦਿਓ ਕਰਨਾ ਸਰੀਰ ਦਾ, ਇਹਨੂੰ ਕੀ ਲਈ ਫਿਰਨਾ ਹੈ। ਤੇ ਇਹ ਮੈਂ ਗੱਲ ਦੁਬਾਰਾ ਸਪਸ਼ਟ ਕਰਦਾ, ਜਿਹਨਾਂ ਨੂੰ ਸਿਰ ਦੇਣ ਦੀ ਗੱਲ ਤੇ ਅਜੇ ਵੀ ਸ਼ੰਕਾ ਹੈ, ਮੈਂ ਇਹ ਗੱਲ ਕਹਿੰਦਾ ਵੀ ਮੱਤ ਤੇ ਗੁਰੂ ਦੀ ਹੈ, ਪਰ ਇਹ ਜਿਹੜਾ ਸੀਸ ਹੈ ਸਰੀਰ ਰੂਪੀ ਇਹ ਵੀ ਗੁਰੂ ਦਾ ਹੈ, ਜਿੱਦਣ ਲੋੜ ਪਈ ਪੰਥ ਨੂੰ ਇਹ ਸਿਰ ਦੇਣ ਦੀ ਇਹ ਵੀ ਦੇਣਾ। ਸੋ ਇਹ ਕੋਈ ਭੁਲੇਖਾ ਨਾ ਮਨ 'ਚ ਰੱਖੇ ਵੀ ਮੈਂ ਮੱਤ ਦੇਣ ਨੂੰ ਕਿਹਾ ਹੈ। ਕਈ ਪ੍ਰਚਾਰਕ ਇੱਥੇ ਉਹਨਾਂ ਦੇ ਤੁੱਕਾਂ ਦੇ ਅਰਥ ਬਦਲ ਦਿੱਤੇ, ਉਹ ਕਹਿੰਦੇ ਨੇ ਵੀ ਗਗਨ ਦਵਾਵਾਂ ਬਾਜਿਓ ਪਰੇ ਨਿਸ਼ਾਨੇ ਘਾਓ, ਖੇਤ ਜੋ ਵੰਡਿਓ ਸੂਰਮਾ ਅਬ ਜੂਜਣ ਕੋ ਦਾਓ, ਸੂਰਾ ਸੋ ਪਹਿਚਾਨੀਆਂ ਜੋ ਲਰੇ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛਾਡੇ ਖੇਤ। ਉਹ ਕਹਿੰਦੇ ਇਹ ਤੇ ਮਨ ਦੀ ਲੜਾਈ ਦੀ ਗੱਲ ਹੋ ਰਹੀ ਹੈ, ਸੂਰਮੇ ਪੁਰਜਾ ਪੁਰਜਾ ਕੱਟ ਕੇ ਮਰ ਰਹੇ ਨੇ ਤੇ ਇਹ ਆਖੇ ਜੀ ਮਨ ਦੀ ਲੜਾਈ ਦੀ ਗੱਲ ਹੋ ਰਹੀ ਹੈ। ਸੋ ਐਸੇ ਵਿਦਵਾਨਾਂ ਨੂੰ ਮੇਰਾ ਇਹ ਸਵਾਲ ਹੈ ਵੀ ਜਦੋਂ ਗੁਲਾਮੀ ਇੰਨੀ ਗਹਿਰੀ ਹੋ ਗਈ ਹੈ ਵੀ ਸਾਨੂੰ ਕੱਲ੍ਹ ਦੀ ਭੂਤ ਨਹੀਂ ਸਿਵਿਆਂ ਚਾਦ ਵਾਲੀ ਗੱਲ ਹੈ, ਇਹ ਕੱਲ੍ਹ ਦੇ ਪਾਸਟਰ ਨੇ ਜਿਨ੍ਹਾਂ ਇਸ ਧਰਤੀ ਲਈ ਕੋਈ ਕੁਰਬਾਨੀ ਨਹੀਂ ਕੀਤੀ,
ਜਿਨ੍ਹਾਂ ਇਸ ਧਰਤੀ ਦੇ ਲਈ ਇੱਕ ਤੁਬਕਾ ਲਹੂ ਨਹੀਂ ਡੋਲਿਆ, ਜਿਨ੍ਹਾਂ ਦੀ ਚੀਚੀ ਤੇ ਕੋਈ ਫੱਟ ਨਹੀਂ ਲੱਗਾ ਅੱਜ ਤੱਕ, ਉਹ ਸਾਡੇ ਗੁਰੂ ਨੂੰ ਇਸ ਧਰਤੀ ਤੇ ਆਣ ਕੇ ਸ਼ੈਤਾਨ ਕਹਿਣ, ਆ ਜਿਹੜੇ ਕੋਈ ਸ਼ਿਵ ਸੈਨਾ ਵਾਲੇ ਕੋਈ ਦੂਜੇ ਦੂਜੇ ਤੁਰੇ ਫਿਰਦੇ ਨੇ, ਇਹ ਸਾਡੇ ਗੁਰੂਆਂ ਦੇ ਖਿਲਾਫ਼ ਬੋਲਣ ਤੇ ਸਾਡੇ ਪ੍ਰਚਾਰਕ ਚੁੱਪ ਕਰਕੇ ਬੈਠੇ ਰਹਿਣ, ਸਮਾਂ ਇਹ ਆ ਗਿਆ। ਇਹ ਤੁਸੀਂ ਆਪਣੇ ਆਪ ਨੂੰ ਆਜ਼ਾਦ ਨਾ ਸਮਝੋ ਬਿਲਕੁਲ ਵੀ, ਸਮਾਂ ਕੀ ਆ ਗਿਆ। ਗਿਆਨੀ ਜਸਵੰਤ ਸਿੰਘ ਮੰਜੀ ਸਾਹਿਬ ਵਾਲਿਆਂ ਨੇ ਕਥਾ ਕੀਤੀ ਵਰਤ ਦੇ ਉੱਤੇ, ਛੋਡੇ ਅੰਨ ਕਰੇ ਪਖੰਡ, ਨਾ ਉਹ ਸੁਹਾਗਣ ਨਾ ਉਹ ਰੰਡ, ਬਾਣੀ ਦੇ ਬਚਨ ਨੇ ਉਹਨਾਂ ਕਥਾ ਕਰ ਦਿੱਤੀ। ਤੇ ਲਕਸ਼ਮੀ ਕਾਂਤ ਚਾਵਲਾ ਉਹ ਔਰਤ ਹੈ ਜਿਹਨੇ ਦਰਬਾਰ ਸਾਹਿਬ ਤੇ ਹਮਲਾ ਹੋਇਆ ਤੇ ਲੱਡੂ ਵੰਡੇ ਸਨ, ਉਹ ਬੀਬੀ ਕਹਿੰਦੀ ਵੀ ਇੱਥੇ ਕੇਸ ਕਰੋ ਭਾਈ, ਇਹ ਹਿੰਦੂਆਂ ਨੂੰ ਕਹਿ ਰਿਹਾ। ਤੇ ਅੱਗਿਓਂ ਸਾਡੇ ਕਈ ਪ੍ਰਚਾਰਕ ਉਹ ਕਹਿੰਦੇ ਨਹੀਂ ਜੀ, ਅਸੀਂ ਸਿੱਖਾਂ ਨੂੰ ਕਿਹਾ, ਹਿੰਦੂਆਂ ਨੂੰ ਕੁਛ ਨਹੀਂ ਕਿਹਾ। ਇੱਕ ਪਾਸੇ ਇਹ ਕਹਿਣਾ ਵੀ ਗੁਰੂ ਦਾ ਉਪਦੇਸ਼ ਚੌਂ ਵਰਨਾਂ ਨੂੰ ਸਾਂਝਾ, ਇੱਕ ਪਾਸੇ ਕਹਿਣਾ ਵੀ ਗੁਰਦੁਆਰੇ ਦੇ ਚਾਰ ਦਰਵਾਜ਼ੇ ਨੇ ਸਾਰੇ ਆ ਸਕਦੇ ਨੇ, ਤੇ ਫਿਰ ਸਾਰੇ ਲੰਗਰ ਖਾਣ ਆਉਂਦੇ ਨੇ ਉੱਥੇ। ਜੇ ਗੁਰੂ ਕੇ ਘਰ ਦਾ ਲੰਗਰ ਛਕਣਾ ਹੈ, ਗੁਰੂ ਦੇ ਘਰ ਆਣ ਕੇ ਮੱਥਾ ਟੇਕਣਾ ਹੈ, ਤੇ ਫਿਰ ਗੁਰੂ ਦਾ ਉਪਦੇਸ਼ ਇਕੱਲੇ ਸਿੱਖਾਂ ਨੂੰ ਨਹੀਂ, ਸਾਰਿਆਂ ਨੂੰ ਹੀ ਹੈ। ਗੁਰੂ ਜਗਤ ਗੁਰੂ ਹੈ, ਸ੍ਰਿਸ਼ਟੀ ਦਾ ਗੁਰੂ ਹੈ, ਉਹਦਾ ਉਪਦੇਸ਼ ਸਿੱਖਾਂ ਨੂੰ ਹੈ, ਹਿੰਦੂਆਂ ਨੂੰ ਹੈ, ਮੁਸਲਮਾਨਾਂ ਨੂੰ, ਈਸਾਈਆਂ ਨੂੰ ਵੀ ਹੈ, ਉਹਦਾ ਚੌਂ ਵਰਨਾਂ ਨੂੰ ਵੀ ਉਪਦੇਸ਼ ਹੈ, ਬ੍ਰਾਹਮਣ ਤੋਂ ਲੈ ਕੇ ਸ਼ੂਦਰ ਤੱਕ। ਸੋ ਇਸ ਕਰਕੇ ਡਿਫੈਂਸਿਵ ਨਹੀਂ ਹੋਣ ਦੀ ਲੋੜ ਵੀ ਮਾੜੀ ਜੀ ਕੋਈ ਗੱਲ ਆਵੇ ਤੇ ਸਾਡੇ ਬੰਦੇ ਆਪ ਹੀ ਡਿਫੈਂਸਿਵ ਹੋ ਕੇ ਤੁਰੇ ਫਿਰਨ ਵੀ ਭਾਈ ਜੀ ਦੇਖੋ ਅਸੀਂ ਆਹ ਗੱਲ ਨਹੀਂ ਕੀਤੀ। ਜੇ ਗੁਰੂ ਦੀ ਬਾਣੀ ਦੇ ਉੱਤੇ ਪ੍ਰਚਾਰ ਕਰਨ ਤੇ ਪਾਬੰਦੀ ਲਾਤੀ ਹੈ, ਗੁਰੂ ਦੇ ਸਾਹਿਬਜ਼ਾਦੇ ਨੇ ਕਿਹਾ ਸੀ ਮੁਗਲ ਦਰਬਾਰ 'ਚ ਜਾ ਕੇ, ਮਿੱਟੀ ਮੁਸਲਮਾਨ ਕਿਹਨੂੰ, ਮਿੱਟੀ ਬੇਈਮਾਨ ਕੀ ਕਹਿਤਾ ਸੀ ਵੀ ਮੁਸਲਮਾਨ ਨਾਰਾਜ਼ ਨਾ ਹੋ ਜਾਣ, ਤੇ ਗੁਰੂ ਸਾਹਿਬ ਨੇ ਆਪਣੇ ਸਾਹਿਬਜ਼ਾਦਿਆਂ ਦਾ ਸਾਰੀ ਉਮਰ ਮੂੰਹ ਨਹੀਂ ਸੀ ਦੇਖਿਆ। ਸੋ ਅੱਜ ਜੇ ਅਸੀਂ ਗੁਰੂ ਦਾ ਬਾਣੀ ਦਾ ਪ੍ਰਚਾਰ ਕਰਨ ਲੱਗੇ ਇੰਨੇ ਘਬਰਾ ਕੇ ਕਰਨਾ, ਤੇ ਮੇਰੇ ਖਿਆਲ ਦੇ ਨਾਲ ਸਾਨੂੰ ਇਹ ਫਿਰ ਮੰਨ ਲੈਣਾ ਚਾਹੀਦਾ ਵੀ ਗੁਲਾਮੀ ਹੈ, ਨਹੀਂ ਤੇ ਜੇ ਗੁਲਾਮੀ ਨਾ ਹੋਵੇ ਅੰਮ੍ਰਿਤ ਛਕਾਉਣ ਦੀ ਗੱਲ ਕਰੀਏ, ਇਹ ਸਾਡੀਆਂ ਇਨਕੁਆਇਰੀਆਂ ਖੋਲਣ। ਇਹ ਕਿਸੇ ਹੋਰ ਦੀ ਇਨਕੁਆਇਰੀ ਨਹੀਂ ਖੋਲੀ, ਆ ਰੋਜ਼ ਖਬਰ ਨਵੀਂ ਆ ਜਾਂਦੀ ਹੈ, ਅੱਜ ਕੋਈ 16-17 ਸਾਲਾਂ ਦਾ ਨੌਜਵਾਨ ਚਿੱਟੇ ਨਾਲ ਮਰ ਗਿਆ। ਇਹ ਤੁਹਾਡੇ ਪਿੰਡਾਂ 'ਚ ਤੁਸੀਂ ਆਪ ਝਾਤੀ ਮਾਰ ਲਓ ਵੀ ਇੱਕ ਮੌਕਾ ਸੀ, ਨੌਜਵਾਨਾਂ ਨੇ ਘਰ ਛੱਡੇ ਆਪਣੇ, ਘਰ ਛੱਡ ਕੇ ਹਥਿਆਰ ਚੁੱਕੇ, ਹਥਿਆਰ ਚੁੱਕ ਕੇ ਹਿੰਦੁਸਤਾਨ ਦੀ ਹਕੂਮਤ ਦੇ ਖਿਲਾਫ ਲਹੂ ਡੋਲਵਾਂ ਸੰਘਰਸ਼ ਲੜਿਆ, ਉਹਦੇ 'ਚ ਸ਼ਹੀਦੀਆਂ ਪ੍ਰਾਪਤ ਕੀਤੀਆਂ, ਅਣਖ ਦੀ ਮੌਤ ਮਰੇ ਨੇ। ਤੇ ਅੱਜ ਹਰ ਪਿੰਡ ਦੇ ਵਿੱਚ ਵੇਖੋ 5-7-10 ਨੌਜਵਾਨ ਹੈਗੇ ਨੇ ਜਿਹੜੇ ਖਾੜਕੂਵਾਦ ਦੇ ਸੰਘਰਸ਼ ਦੇ ਵਿੱਚ ਸ਼ਹੀਦੀ ਪ੍ਰਾਪਤ ਕਰ ਗਏ, ਪਰ ਜਿਹੜੇ ਨਸ਼ੇ ਨਾਲ ਮਰਨ ਵਾਲੇ ਉਹਨਾਂ ਦੀ ਗਿਣਤੀ ਵੱਧ ਗਈ ਹੈ। ਤੇ ਜੇ ਕੋਈ ਇਹ ਗੱਲ ਕਹਿੰਦਾ ਵੀ ਨਸਲਕੁਸ਼ੀ ਨਹੀਂ ਰਹੀ ਜੀ, ਇਹ ਨਸਲਕੁਸ਼ੀ ਕਿੱਥੇ ਆ ਸਾਨੂੰ ਦਿਖਾਓ, ਉਹਨਾਂ ਨੂੰ ਇਹ ਪੁੱਛੋ ਵੀ ਨਸਲਕੁਸ਼ੀ ਦਾ ਮੁੱਖ ਮਕਸਦ ਹੁੰਦਾ ਕੌਮ ਦੀ ਨਸਲ ਬਦਲ ਦੇਣੀ, ਕੌਮ ਦੀ ਆਬਾਦੀ ਨੂੰ ਮਾਰ ਦੇਣਾ, ਕੌਮ ਨੂੰ ਆਪਣੀਆਂ ਜੜ੍ਹਾਂ ਨੂੰ ਤੋੜ ਦੇਣਾ, ਉਹਨੂੰ ਪਛਾਣ ਨੂੰ ਤੋੜ ਦੇਣਾ। ਤੇ ਜੇ ਹਕੂਮਤ ਦਾ ਕੰਮ ਇੱਕ ਟੀਕੇ ਇੱਕ ਸਰਿੰਜਣਾ ਹੁੰਦਾ, ਗੋਲੀ ਕਾਹਤੋਂ ਚਲਾਊਗੀ। ਇਹ ਤੇ ਸਾਨੂੰ ਅਕਲ ਹੋਣੀ ਚਾਹੀਦੀ ਹੈ ਵੀ ਸਾਡੀ ਨਸਲਕੁਸ਼ੀ ਹੋ ਰਹੀ ਹੈ, ਅਸੀਂ ਮੰਨਣ ਨੂੰ ਤਿਆਰ ਨਹੀਂ। ਪੁੱਤਰ ਜਿਹੜਾ ਵਾ ਉਹਦਾ ਚਿਹਰਾ ਪਿਓ ਨਾਲ ਨਹੀਂ ਰਲਦਾ, ਦਾਦੇ ਦਾ ਬਿਲਕੁਲ ਉਹਦੇ ਨਾਲ ਕੋਈ ਮੇਲ ਜੋਲ ਨਹੀਂ, ਧੀਆਂ ਭੈਣਾਂ ਸਾਡੀਆਂ ਕਹਿਣ ਲੱਗ ਪਈਆਂ ਵੀ ਸਾਨੂੰ ਸਰਦਾਰ ਮੁੰਡੇ ਨਹੀਂ ਚਾਹੀਦੇ। ਤੇ ਜੇ ਦੇਖੋ ਇਹ ਨਸਲਕੁਸ਼ੀ ਦੀ ਨਿਸ਼ਾਨੀ ਤੇ ਹੋਰ ਕੀ ਹੈ, ਦੁਨੀਆਂ ਦੇ ਉੱਤੇ ਕੋਈ ਕੌਮ ਐਸੀ ਨਹੀਂ। ਮੁਸਲਮਾਨ ਜੇ ਕੈਨੇਡਾ 'ਚ ਗਏ, ਅਮਰੀਕਾ 'ਚ ਗਏ, ਉਹਨਾਂ ਬੀਬੀਆਂ ਨੇ ਆਪਣਾ ਪਹਿਰਾਵਾ ਕਾਇਮ ਕੀਤਾ, ਸੰਘਰਸ਼ ਕੀਤਾ, ਪਹਿਰਾਵਾ ਕਾਇਮ ਰੱਖਿਆ। ਸਾਡੀਆਂ ਧੀਆਂ ਭੈਣਾਂ ਇੱਥੇ ਏਅਰਪੋਰਟ ਤੋਂ ਹੀ ਮਤਲਬ ਆਪਣਾ ਪਹਿਰਾਵਾ ਛੱਡ ਕੇ ਤੁਰ ਪੈਂਦੀਆਂ ਨੇ ਏਅਰਪੋਰਟ ਤੋਂ ਪਹਿਲਾਂ ਹੀ। ਜਿਹਦਾ ਕੋਈ ਕੈਨੇਡਾ ਦਾ ਵਿਜਾ ਦੇ ਪਹਿਲਾਂ ਨਾਈ ਕੋ ਜਾ ਕੇ ਵਾਲ ਮੂੰਹ ਸਿਰ ਮਨਾ ਕੇ ਆਉਂਦਾ ਤੇ ਫਿਰ ਉਹ ਅੱਗੇ ਤੁਰਦਾ ਵੀ ਮੈਂ ਫਿਰ ਏਅਰਪੋਰਟ ਨੂੰ ਚੜ੍ਹਨਾ। ਸੋ ਇਸ ਕਰਕੇ ਇਹ ਨਸਲਕੁਸ਼ੀ ਦੀਆਂ ਸਾਰੀਆਂ ਨਿਸ਼ਾਨੀਆਂ ਨੇ, ਕੋਈ ਗੱਲ ਪਿੱਛੇ ਨਹੀਂ ਰਹਿ ਗਈ। ਹੁਣ ਨੌਜਵਾਨੋ ਇਹ ਗੱਲ ਸਾਡੇ ਤੇ ਆਣ ਕੇ ਖੜ ਗਈ ਹੈ, ਪੁਰਾਣੀ ਪੀੜ੍ਹੀ ਨੇ ਸੰਘਰਸ਼ ਕੀਤਾ। ਤੇ ਮੈਂ ਇੱਥੇ ਝੂਠ ਨਹੀਂ ਬੋਲਣਾ ਸਟੇਜਾਂ ਤੇ ਖੜ ਕੇ ਜਿਵੇਂ ਕੋਈ ਲੋਕੀ ਬੋਲੀ ਜਾਂਦੇ ਨੇ। ਮੈਂ ਤੁਹਾਨੂੰ ਇਹ ਨਹੀਂ ਕਹਿਣਾ ਵੀ ਕੋਈ ਮੁਸ਼ਕਲ ਨਹੀਂ ਹੈਗੀ, ਗੁਲਾਮੀ ਇੰਨੀ ਗਹਿਰੀ ਹੈ ਜੇ ਅਸੀਂ ਨਾ ਜਾਗੇ ਤੇ ਸਾਡੇ ਸਿਰ ਦੇ ਵਿੱਚ ਜੁੱਤੀਆਂ ਮਾਰਨਗੇ ਤੇ ਮਾਰਨਗੇ ਕੌਣ, ਜਿਨ੍ਹਾਂ ਨੂੰ ਅਸੀਂ ਦਿਹਾੜੀ ਦੇ ਲਿਆਉਂਦੇ ਸੀ ਸਟੇਸ਼ਨਾਂ ਤੋਂ ਫੜ ਫੜ ਕੇ ਵੀ ਸਾਡੇ ਖੇਤਾਂ 'ਚ ਕੰਮ ਕਰੋ, ਜਿਹੜੇ ਤੰਬਾਕੂ ਮੂੰਹ 'ਚ ਲਾ ਕੇ ਤੁਰੇ ਫਿਰਦੇ ਨੇ ਉਹ ਸਾਡੇ ਸਿਰ 'ਚ ਆਣ ਕੇ ਜੁੱਤੀਆਂ ਮਾਰਨਗੇ ਸੀਆਂ। ਇੱਕ ਘਟਨਾ ਵਾਪਰੀ ਹੈ ਮੀਆਂ ਪਿੰਡ ਦੇ ਵਿੱਚ, ਪਿੰਡ ਦੇ ਲਾਗੇ ਮੰਡੀ 'ਚ।
ਬਈਆਂ ਨੇ ਰਲ ਕੇ ਸਿੱਖ ਮੁੰਡੇ ਨੂੰ ਕੁੱਟਿਆ, ਉਹਦੀ ਦਸਤਾਰ ਲਾ ਕੇ ਆਪਣੇ ਸਿਰ ਤੇ ਬੰਨ ਲਈ, ਔਰ ਜਦੋਂ ਬੰਨ ਲਈ ਮਗਰੋਂ ਸਿੱਖਾਂ ਨੇ ਰਲ ਕੇ ਬਈਆਂ ਨੂੰ ਕੁੱਟਤਾ, ਤੇ ਜਿਨ੍ਹਾਂ ਨੇ ਬਈਏ ਸੱਦੇ ਸਨ ਉਹਨਾਂ ਨੇ ਸਿੱਖਾਂ ਦੇ ਪਰਚਾ ਕਰਾ ਦਿੱਤਾ। ਇਹਨਾਂ ਲੋਕਾਂ ਨੂੰ ਦਿਹਾੜੀਦਾਰ ਜ਼ਰੂਰੀ ਆ, ਦਸਤਾਰ ਜ਼ਰੂਰੀ ਨਹੀਂ। ਸੋ ਇਸ ਕਰਕੇ ਮੈਂ ਕੱਲ੍ਹ ਵੀ ਕਿਹਾ ਸੀ ਵੀ ਆਪਾਂ ਕਿਹੜੇ ਹਾਲਾਤਾਂ 'ਚ ਆਣ ਕੇ ਖੜ ਗਏ ਹਾਂ, ਅਤੇ ਜੇ ਅਜੇ ਵੀ ਤੁਹਾਨੂੰ ਕਿਸੇ ਨੂੰ ਗੁਲਾਮੀ ਦਾ ਅਹਿਸਾਸ ਨਹੀਂ ਹੁੰਦਾ, ਜੇ ਅਜੇ ਵੀ ਤੁਹਾਨੂੰ ਲੱਗਦਾ ਵੀ ਨਹੀਂ ਕੋਈ ਮੁਸ਼ਕਲ ਨਹੀਂ ਸਾਡੇ ਉੱਤੇ, ਤਾਂ ਫਿਰ ਮੇਰੇ ਖਿਆਲ ਨਾਲ ਆਪਾਂ ਕਿ ਚੰਗੇ ਡਾਕਟਰ ਦਾ ਇਲਾਜ ਪ੍ਰਬੰਧ ਕਰੀਏ।